ਉਹਨਾਂ ਦਾ ਇੱਕ ਆ ਸੋਲ ਇਸ ਸਮੇਂ ਧਿਆਨ ਪ੍ਰਿਆ ਹੈ ਜੇਬੇ ਢਾਲੀਵਾਲ ਦੇ ਨਾਲ ਮੁਕਾਬਲੇ ਤੋਂ ਬਾਅਦ ਪੰਡਾਲ ਦੇ ਉਹਨਾਂ ਦੇ ਲਈ ਇੱਕ ਹੋਰ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਗੁਰਵਿੰਦਰ ਸਿੰਘ ਨਾਮ ਇਸ ਖਿਡਾਰੀ ਦਾ ਖੇਡਾ ਇਸ ਸਮੇਂ ਹਲਕਾ ਜਿਹਾ ਝੁਕਿਆ ਹੋਇਆ ਦੋ ਕੰਡਿਆਂ ਦੇ ਉੱਪਰ ਜਿਹੜੇ ਪਰਲੇ ਪਾਸੇ ਜਾ ਪਈ ਦੋਵੇਂ ਸਕੇ ਭਰਾ ਨੇ ਰਾਣਾ ਤੇ ਕੰਤਾ ਕੰਤੇ ਦੇ ਨਾਲ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਜੋ ਹੈ ਉਹ ਕੇਂਦਰ ਦੇ ਹਿੱਸੇ ਜੁੜਦਾ ਹੋਇਆ ਇਹ ਆਉਣ ਵਾਲੇ ਸਮਿਆਂ ਦਾ ਕੇਂਦਰ ਵਧੀਆ ਖਿਡਾਰੀ ਬਣੇਗਾ ਮੱਖਣ ਢਾਲੀਵਾਲ ਨੂੰ ਆਸਾ ਨੇ ਇਸ ਖਿਡਾਰੀ ਦੇ ਉੱਪਰ ਔਰ ਅਗਲੀ ਕਬੱਡੀ ਪਾਉਣ ਦੇ ਲਈ ਰਾਜਾ ਸਿਰ ਵਧਿਆ ਹੋਇਆ ਆਓ ਗੱਭਰੂ ਚੋਟੀ ਦੇ ਤੀਰਥਬਾਜ਼ ਦੇ ਰਾਜਾ ਦੀਪਾ ਹੜਾ ਬੱਚਿਓ ਨਸ਼ਿਆਂ ਤੋਂ ਕਾਹਦਾ ਜ਼ਿੰਦਗੀ ਨਾਲ ਸ਼ਰੀਕ ਹੈ ਇਹ ਖੇਡ ਪੰਜਾਬੀਆਂ ਦੀ ਇਹਨੂੰ ਰੱਖਣੀ ਚਾਹੁੰਦੇ ਜੇ ਚਮਕਾ ਕੇ ਸਿੱਧ ਫਸ ਗਏ ਗੁੱਡੀਆਂ ਦੇ ਵਿਚਰਾ ਬਹਿ ਜੀ ਗੋਡੀ ਲਾ ਕੇ ਆਓ ਆਓ ਜਨਾਬ ਪ੍ਰਧਾਨ ਖੜੇ ਸਾਰੇ ਮੈਂਬਰ ਅਤੇ ਕਮੇਟੀ ਜੇ ਕੋਈ ਰੌਲਾ ਪੈ ਜਾਵੇ ਆ ਕੇ ਕਰਨ ਫੈਸਲਾ ਛੇਤੀ ਕਹੇ ਮੱਖਣ ਬਰਾੜਾ ਦਾ ਛੱਡ ਦਿਓ ਨਸ਼ੇ ਵਾਸਤੇ ਪਾ ਕੇ ਸਿੱਧ ਫਸ ਗਏ ਗੁੱਡੀਆਂ ਦੇ ਵਿਚਰਾ ਬਹਿ ਜੀ ਗੋਡੀ ਲਾ ਕੇ ਤਾਲੀ ਵਾਲ ਵੇੜਦਾ ਪਾਲਾ ਇਸ ਸਮੇਂ ਬਰੀਫ ਹੋਈ ਅਗਲੀ ਕਬੱਡੀ ਆਪਾਂ ਦੇਖ ਲਈ ਪਾਲੇ ਦੀ ਔਰ ਜ਼ਿਲ੍ਹਾ ਕਪੂਰਥਲੇ ਦੇ ਪੰਡਾਲ ਦੋਨੇ ਦਾ ਰਾੜਾ ਇਸ ਸਮੇਂ ਸ਼ਾਨਦਾਰ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਸਫਲਤਾ ਇਸ ਰਾਜ ਆਪਣੇ ਕਦਮ ਚੁੰਮਦੀ ਹੋਈ ਅਗਲੀ ਕਬੱਡੀ ਪਾਉਣ ਦੇ ਲਈ ਬੱਬੂ ਸੋਨਿਆ ਬੱਬੂ ਆਵੇ ਮਾਰੋ ਬਿੱਲੀ ਆਈ ਹੈ ਇਹਨੇ ਵੀ ਇਹ ਬੱਬੂ ਜਗਾਉਣ ਵਾਲਾ ਹੁਣ ਦੇਖਦੇ ਵੀ ਕਿਹੋ ਜਿਹਾ ਕਮਾਲ ਕਰਦਾ ਜਸਪਾਲ ਸਿੰਘ ਪੰਡਾਲ ਦੋਨੇ ਵਾਲੇ ਦਾ ਬੇਟਾ ਜਿੱਥੋਂ ਦੇ ਦੇਬੇ ਵਰਗੇ ਜੱਸੇ ਵਰਗੇ ਕਬੱਡੀ ਦੇ ਸਟਾਰ ਰਹੇ ਨੇ ਕਦੀ ਰਾਣੇ ਦੀ ਕਦੀ ਸੁਖੇ ਪੰਡਾਲ ਦੀ ਕਦੀ ਰਾਣੇ ਦੀ ਗੱਲ ਦੁਨੀਆਂ ਦੇ ਵੱਖ ਵੱਖ ਖੇਡ ਮੈਦਾਨਾਂ ਦੇ ਵਿੱਚ ਇਸ ਸਮੇਂ ਢਾਲੀਵਾਲ ਦੇ ਦੇਖਦੇ ਨੇ ਸਰਦਾਰ ਪਿਆਰਾ ਸਿੰਘ ਦਾ ਬੇਟਾ ਦੇਬਾ ਢਾਲੀਵਾਲ ਜੱਸਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਇਸ ਸਰਸ਼ਾਹ ਦਾ ਜੱਫੇ ਆਏ ਨੇ ਜੀਤਾ ਲੰਬੜ ਟੱਫਰ ਬਿੜਦਾ ਖੁਸ਼ ਖਿਪਰੀ ਹੈ ਦੇਖਦੇ ਨੇ ਕਿਹੜਾ ਕਮਾਲ ਕਰੂ ਢਾਲੀਵਾਲ ਮੇਲ ਵੱਲੋਂ ਪਈ ਹੋਈ ਕਬੱਡੀ ਇੱਕ ਤਲਵੰਡੀ ਮਾਧਵ ਦਾ ਲੰਬੜ ਇੱਕ ਸਾਡੇ ਸਾਹਮਣੇ ਲੰਬੜ ਆ ਦੇਖਦੇ ਵੀ ਜਿੰਦੂ ਜਿੰਦ ਬਾਈ ਜੇ ਚੱਲਿਆ ਸੰਗਰੂਰ ਉੱਥੋਂ